ਡੀਐਸਪੀ ਦਲਵੀਰ ਸਿੰਘ ਦਿਓਲ ਦੇ ਕਤਲ ਕਾਂਡ ਨੂੰ ਪੁਲਿਸ ਨੇ ਸੁਲਝਾ ਲਿਆ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਆਟੋ ਡਰਾਈਵਰ ਨੂੰ ਗ੍ਰਿਫਤਾਰ ਕੀਤਾ। ਇਸ ਆਟੋ ਡਰਾਈਵਰ ਨੇ ਹੀ ਡੀਐਸਪੀ ਦਲਵੀਰ ਸਿੰਘ ਦਾ ਕਤਲ ਕੀਤਾ ਸੀ। ਨਾਲ ਹੀ ਪੁਲਿਸ ਨੇ ਮੁਲਜ਼ਮ ਦੇ ਕੋਲੋਂ ਵਾਰਦਾਤ ਸਮੇਂ ਵਰਤਿਆ ਹਥਿਆਰ ਵੀ ਬਰਾਮਦ ਕੀਤਾ। ਇਸ ਸੰਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ। ਦੱਸਦੇ ਕਿ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਮੁਤਾਬਿਕ ਡੀਐਸਪੀ ਡਰਾਈਵਰ ਦੇ ਨਾਲ ਬੈਠ ਕੇ 31 ਦਸੰਬਰ ਦੀ ਰਾਤ ਨੂੰ ਸ਼ਰਾਬ ਪੀਂਦਾ ਗਿਆ, ਜਿਸ ਤੋਂ ਬਾਅਦ 1 ਵਜੇ ਦੇ ਕਰੀਬ ਜਲੰਧਰ ਦੇ ਵਰਕਸ਼ਾਪ ਚੌਂਕ ਤੋਂ ਡੀਐਸਪੀ ਦਲਵੀਰ ਸਿੰਘ ਦਿਓਲ ਨੇ ਆਟੋ ਡਰਾਈਵਰ ਨੂੰ ਖੋਜੇਵਾਲ ਪਿੰਡ ਛੱਡਣ ਦੇ ਲਈ ਕਿਹਾ ਔਰ ਦੋਵਾਂ ਦੀ ਆਪਸ ਦੇ ਵਿੱਚ ਲੜਾਈ ਹੋਈ। ਹੱਥੋਪਾਈ ਦੌਰਾਨ ਆਟੋ ਡਰਾਈਵਰ ਨੇ ਹੀ ਡੀਐਸਪੀ ਦੇ ਗੋਲੀ ਮਾਰ ਦਿੱਤੀ। ਹਾਲਾਂਕਿ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ। 500 ਦੇ ਕਰੀਬ ਸੀਸੀਟੀਵੀ ਕੈਮਰੇ ਖੁੰਗਾਲੇ ਗਏ ਤਾਂ ਜੋ ਇਸ ਮਾਮਲੇ ਦੀ ਜੜ ਤੱਕ ਪਹੁੰਚਿਆ ਜਾ ਸਕੇ। ਤਾਂ ਹੁਣ ਪੁਲਿਸ ਨੇ ਆਟੋ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੋਮਵਾਰ ਨੂੰ ਡੀਐਸਪੀ ਦਲਵੀਰ ਸਿੰਘ ਦੀ ਲਾਸ਼ ਬਰਾਮਦ ਹੋਈ ਸੀ। ਡੀਐਸਪੀ ਦੀ ਲਾਸ਼ ਜਲੰਧਰ ਦੀ ਬਸਤੀ ਬਾਬਾ ਖੇਲ ਨਹਿਰ ਤੋਂ ਮਿਲੀ ਸੀ। ਸੂਤਰਾਂ ਦੇ ਮੁਤਾਬਿਕ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਹੁਣ ਵੱਡੀ ਕਾਮਯਾਬੀ ਹਾਸਲ ਹੋਈ। ਹੁਣ ਪੁਲਿਸ ਨੇ ਇਸ ਅੰਨੇ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਹਥਿਆਰੇ ਆਟੋ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਸਾਡੇ ਡੀਐਸਪੀ ਸਾਹਿਬ ਸੀਗੇ ਅਰਜੁਨਾ ਅਵਾਰਡੀ, 6th IRB ਸੰਗਰੂਰ ਪੋਸਟਡ ਸੀਗੇ। 31 ਤਰੀਕ ਰਾਤ ਨੂੰ 1 ਤਰੀਕ ਸਵੇਰੇ ਸਵੇਰੇ ਉਹਨਾਂ ਦੀ ਡੈੱਡ ਬੋਡੀ ਆਪਾਂ ਨੂੰ ਮਿਲੀ ਸੀਗੀ ਸਸਪੀਸ਼ੀਅਸ ਹਾਲਾਤਾਂ 'ਚ। ਖੋਜੇਵਾਲ ਪਿੰਡ ਦੇ ਰਹਿਣ ਵਾਲੇ ਸੀਗੇ, ਕਪੂਰਥਲਾ 'ਚ ਪੈਂਦਾ, ਜਿੱਥੇ ਇਹਨਾਂ ਦੀ ਡੈੱਡ ਬੋਡੀ ਸਾਨੂੰ ਮਿਲੀ ਸੀਗੀ ਵਹਾਂ ਸੇ ਇਨਕਾ ਜੋ ਪੁਸ਼ਤੈਨੀ ਗਾਓ ਹੈ ਵੋ 8 ਕਿਲੋਮੀਟਰ ਹੈ ਔਰ ਜਲੰਧਰ ਸੇ ਜਹਾਂ ਪਰ ਪਲੇਸ ਆਫ ਇੰਸੀਡੈਂਟ ਜੋ ਹੈ ਵੋ ਵੀ 6-7 ਕਿਲੋਮੀਟਰ ਹੈ। ਇਨਵੈਸਟੀਗੇਸ਼ਨ ਦੌਰਾਨ ਪਿਛਲੇ 2 ਦਿਨ ਮੇਂ ਜੁਆਇੰਟ CP ਸਾਹਿਬ, DCP ਇਨਵੈਸਟੀਗੇਸ਼ਨ ਔਰ ਇਨਕੀ ਟੀਮ, ਇਹਨਾਂ ਨੇ ਕਾਫੀ ਮਿਹਨਤ ਕੀਤੀ ਹੈ, ਕਿਉਂਕਿ ਇਹ ਹਮਾਰੇ ਆਪਣੇ ਪਰਿਵਾਰ ਕਾ ਮਸਲਾ ਸੀ ਥਾ ਔਰ ਇੱਕ ਆਟੋ ਡਰਾਈਵਰ ਕੋ ਗ੍ਰਿਫਤਾਰ ਕੀਆ ਗਿਆ, ਵਿਜੇ ਕੁਮਾਰ ਉਸਕਾ ਨਾਮ ਹੈ। ਉਸਕੇ ਸਾਥ ਇਨਕੀ ਰਾਤ ਕੋ 12:30 ਵਜੇ ਇੱਕ ਸਕਫਲ ਹੋਈ ਸੀ। ਉਸਨੇ ਬੋਲਾ ਕਿ ਮੈਂ ਇਤਨੀ ਦੂਰ ਨਹੀਂ ਜਾਊਂਗਾ ਛੋੜਨੇ, ਇਨਕੇ ਪਾਸ ਔਰ ਕੋਈ ਕਨਵਿੰਸ ਨਹੀਂ ਥਾ। ਸਕਫਲ ਕੇ ਦੌਰਾਨ ਉਸਨੇ ਇਨਕਾ ਜੋ ਪਿਸਤਲ ਥਾ ਸਰਕਾਰੀ ਗਲੋਕ ਵੋ ਛੀਨ ਕੇ ਫਾਇਰ ਕੀਆ ਜੋ ਇਨਕੇ ਸਿਰ ਪੇ ਲਗਾ, ਜਿਸ ਸੇ ਇਨਕੀ ਮੌਤ ਹੋ ਗਈ। ਪਹਿਲੇ ਇੱਕ ਲੜਾਈ ਝਗੜੇ ਕਾ ਕੇਸ ਹੈ, 6 ਸਾਲ ਸੇ ਔਟੋ ਚਲਾਤਾ, ਹਾਂ ਨਸ਼ਾ ਕਰਤਾ ਹੀ ਹੈ। ਕਿ ਮੈਨੂੰ ਪਿੰਡ ਛੱਡ ਗਿਆ, ਗਾਉ ਛੋੜ ਗਿਆ, ਹਾਂ ਕੁਝ 10-12 ਖੋ, ਹਾਂਜੀ ਸਰਵਿਸ ਪਿਸਤਲ ਸੀਗੀ ਜੀ, ਰਿਕਵਰ ਹੋ ਗਈ ਜੀ।